ਤਤਹੀਰ ਦੇ ਕਾਬੇ ਦੇ ਅੰਦਰ ਤਤਹੀਰ ਦਾ ਕਾਬਾ ਖਾਂ ਅਲੀ ਦੀ ਧੀ ਦਾ ਖੈਮਾ ਖਾਂ ਸਖੀ ਅੱਬਾਸ ਦੀ ਸਜਦਾ ਗਾਹ ਖਾਂ ਆਪਣੇ ਖੈਮੇ ਦੇ ਅੰਦਰ ਮੁਸੱਲੇ ਤੇ ਬੈਠ ਕੇ ਬੀਬੀ ਪਾਕ ਫਰਮਾਇਆ ਜ਼ਮੀਨ ਮੇਰੇ ਭਰਾ ਤੇਰੇ ਨਾਲ ਬੜੀਆਂ ਗੱਲਾਂ ਕੀਤੀਆਂ ਮੈਨੂੰ ਇੰਜ ਲੱਗਦਾ ਹੈ ਤੂੰ ਮੁਤਮਿਨ ਨਹੀਂ ਹੋਈ ਬਾਰ ਬਾਰ ਆਖੀ ਮੈਂ ਬੰਜਰਾਂ ਬਾਰ ਬਾਰ ਪਿਆ ਦੀਏ ਮੈਂ ਬੰਜਰਾਂ ਇਸ ਮਜਮੇ ਤੇ ਲਫ਼ਜ਼ ਜ਼ਾਇਆ ਹੋ ਹੀ ਨਹੀਂ ਸਕਦਾ ਕਦੀ ਵੀ ਨਹੀਂ ਹੋ ਸਕਦਾ ਬੀਬੀ ਪਾਕ ਫਰਮਾਇਆ ਜ਼ਮੀਨ ਬਾਰ ਬਾਰ ਮੇਰੇ ਭਰਾ ਨੂੰ ਆਖੀ ਮੈਂ ਬੰਜਰਾਂ ਤੇ ਅਲੀ ਦੀ ਧੀ ਦੀ ਇੱਕੋ ਗੱਲ ਸੁਣ ਲੈ ਜੇ ਤੂੰ ਬੰਜਰ ਰਹਿਣਾ ਤੇ ਮੈਂ ਨਾਲ ਕਿਉਂ ਆਈਆਂ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੇ ਤੇ ਵੱਖਰਾ ਕਰਮ ਹੈ ਫਾਤਿਹ ਸ਼ਾਹ ਮਾਕ ਆਜ਼ਾਦੀ ਦਾ ਸਦਕੇ ਜੀ ਸਹੀ ਆਜ਼ਾਦਾ ਜੀ ਸਹੀ ਆਜ਼ਾਦਾ ਨੌਕਰਾਂ ਜੇ ਤੂੰ ਬੰਜਰ ਰਹਿਣਾ ਮੈਂ ਨਾਲ ਕਿਉਂ ਆਈਆਂ ਸੈਯਦ ਕਸਰਾ ਨਾ ਹੋਵੇ ਆ ਤੇ ਮੈਂ ਅਗਲੀ ਬਾਤ ਨਾ ਕਰਾਂ ਬੀਬੀ ਆਦਨ ਕਰਬਲਾ ਦੀ ਜ਼ਮੀਨ ਮੈਂ ਨਾਨੇ ਮੁਹੰਮਦ ਦੀ ਕਬਰ ਦਾ ਸਲਾਮ ਨਰਾਤਾਂ ਚ ਕਰਦੀ ਆਈ ਜਿਨ੍ਹਾਂ ਰਾਤਾਂ ਚ ਚੰਨ ਨਹੀਂ ਚੜਦਾ ਬੀਬੀ ਆਦਨ ਜ਼ਮੀਨ ਮੇਰੇ ਪਾਰੇਦਾਰ ਦਾ ਨਾਮ ਅੱਬਾਸ ਹੈ ਬੀਬੀ ਆਦਨ ਜ਼ਮੀਨ ਮੈਂ ਅਜੇ ਨਾਨੇ ਦੀ ਕਬਰ ਤੱਕ ਨਹੀਂ ਪਹੁੰਚਦੀ ਮੇਰੇ ਪਹੁੰਚਣ ਤੋਂ ਪਹਿਲੇ ਮੇਰੇ ਨਾਨੇ ਦੀ ਕਬਰ ਦੇ ਚਿਰਾਗ ਅੱਬਾਸ ਬੁਝਾ ਦੇਂਦਾ ਚਿਰਾਗ ਬੁਝਾ ਕੇ ਮੇਰਾ ਅੱਬਾਸ ਇੱਕ ਐਲਾਨ ਕਰਦਾ ਹਾ ਅਲ ਹਿਜਾਬ ਮੈਂ ਆਦੀ ਆਈ ਅੱਬਾਸ ਪੱਖੀਆਂ ਦੀਆਂ ਪਰਵਾਜ਼ਾਂ ਬੰਦ ਮਖਲੂਕ ਸੁੱਤੀ ਪਈ ਏ ਮੇਰਾ ਵੀਰ ਕਿਨੂੰ ਪਿਆ ਦੇ ਪਰਦਾ ਕਰੋ 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 ਬੀਬੀ ਆਦਨ ਜ਼ਮੀਨ ਮੇਰਾ ਗਾਜ਼ੀ ਆਦਾ ਸੈਣ ਜਿਹੜੇ ਅੱਲਾ ਦੇ ਫਰਿਸ਼ਤੇ ਤੇਰੇ ਨਾਨੇ ਦੀ ਕਬਰ ਦਾ ਸਲਾਮ ਕਰਨ ਆਏ ਨਾ ਅੱਜ ਮੈਂ ਅੱਬਾਸ ਉਹਨਾਂ ਫਰਿਸ਼ਤਿਆਂ ਨੂੰ ਆਖਿਆ ਲਾਜ਼ਾ ਪਰਦਾ ਕਰੋ ਮੇਰੀ ਸੈਣ ਨਾਨੇ ਦਾ ਸਲਾਮ ਤੇ ਸੱਜਾ ਜ਼ਮੀਨ ਤੇਰਾ ਅੱਗੇ ਬੀਬੀ ਆਦਨ ਜ਼ਮੀਨ ਉਹ ਜ਼ੈਨਬ ਚਿੱਟਾਡੀਏ ਰੁੱਲ ਗਈਆਂ ਸਦਕੇ 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 ਔਖੀ ਦੁਆ ਮੰਗ ਲਵੇ ਬਾਰ ਬਾਰ ਆਖੀ ਮੈਂ ਆਬਾਦ ਨਹੀਂ ਹੋ ਸਕਦੀ ਮੈਨੂੰ ਨਬੀਆਂ ਆਬਾਦ ਨਹੀਂ ਕੀਤਾ ਮੈਂ ਵੱਡੀ ਬੰਜਰ ਹਾਂ ਬੀਬੀ ਆਦਨ ਸੱਚੀ ਮਾਂ ਦੀ ਸੱਚੀ ਧੀ ਸੱਚਿਆਂ ਭਰਾਵਾਂ ਦੀ ਸੱਚੀ ਭੈਣ ਅੱਜ ਤੇਰੇ ਨਾਲ ਵਾਅਦਾ ਪੇ ਕਰਦੀ ਏ ਯੂਸਫ ਤੋਂ ਸੋਹਣਿਆ ਦੇ ਸੇਰੇ ਮੈਂ ਲੁਟਾਵਾਂਗੀ ਜੇ ਤੂੰ ਨਾ ਮੁਲਾ ਹੋਈ ਇੱਥੋਂ ਨਾ ਮੈਂ ਜਾਵਾਂ ਅੱਲਾ ਤੁਹਾਡੇ ਪੁੱਤਰਾਂ ਦੀ ਜ਼ਿੰਦਗੀ ਕਰੇ ਕਰੇ ਸ਼ਾਲਾ ਧੀਆਂ ਦੇ ਦੁੱਖ ਨਾ ਵੇਖੇ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਜੇ ਤੂੰ ਨਾ ਮੁਲਾ ਹੋਈ ਇੱਥੋਂ ਨਾ ਮੈਂ ਜਾਵਾਂਗੀ ਤੇਰੀ ਝੋਲੀ ਪੁੱਤਰਾਂ ਤੇ ਵੀਰਾਂ ਨੂੰ ਸੁਲਾਣਾ ਏ ਆਪਣਾ ਤੇ ਧੀਆਂ ਦਾ ਮੈਂ ਬੁਰਕਾ ਲੁਟਾਣਾ ਮਿਲ ਗਈ ਖੈਰਾਤ ਜ਼ਿਆਦਾ ਜ਼ਦਾਰਾਂ ਦਾ ਜਿਸ ਵੈਣ ਦਾ ਹੁਕਮ ਹੈ ਦਰਜਾਤ ਬੁਲੰਦ ਹੋਣ ਸ਼ਹਿਬਾਜ਼ੇ ਪਾਕਿਸਤਾਨ ਮਲਕ ਸਾਜਦ ਹੁਸੈਨ ਰੁਕਣ ਉਹ ਪੜਦੇ ਹਨ ਮੁਰੱਬਿਆਂ ਦੀ ਮਾਲਕ ਹੋਵੇ ਕਤਾਰ ਨੌਕਰਾਂ ਦੀ ਹੋਵੇ ਢੇਰ ਬੈਂਕ ਬੈਲੈਂਸ ਹੋਵੇ ਸਾਵਰੇ ਜਿਹੜੇ ਅਮੀਰ ਹੋਣ ਬੈਣ ਉਹ ਗਰੀਬ ਹੈ ਜਿਹਦਾ ਭਰਾ
راہ کوئی نہیں. تھوڑے بندے ہائے نہیں کیتی. اللہ نہ کرے بھرا بہن ناراض ہوئے, بھرا بہن دے دروازے کو چپ کر کے لنگ جاوے, تر دے بھرا دی کنڈ ویکھ کے بہن انج کر کے آ دیے بول نہ بول مان دے میرے. بسم اللہ بسم اللہ, آؤ جی بسم اللہ. اجازت سرکار, زندگی ہوئے نسلہ نہیں خیر ہوئے. فاتح شام بی بی اپنے علماء والے ویر دا صدقہ پیر اقبال شاہ جی نو ماتمی پتر عطا فرمایا, باپ دی حیثیت رکھ دے. بہت جلدی ممبر پیش کراں, میں گل اس بہن دی کرن لگا جان دی قطار بھراواں دی آئی. میری مرشد زادیاں میں دکھ اس بہن دے پڑھن لگا جن دی 3.5 گھنٹے چ پیکا قبرستان بن گیا. جس نگری وچ آیا بابا جی من پاک شاہ نظر دیوان سرکار دے روزے دی قسم ہے, علی دی دیدی ساری زندگی وچ جڑی اوکھی شام آئی ہے اون دا ناں ہے شام غریباں. نہیں اجے میں شاید سمجھا نہیں سکیا. علی بادشاہ دی اولاد نو جناب عباس تو بعد جڑی پہلی شام آئی ہے اون دا ناں ہے شام غریباں. بھائی 23 سال پہلے میں بابا جی انیس سرکار دی کتاب پڑھ رہا, ایک شعر میرے جگر وچ لے گیا. میری کوشش ہے اے شعر میرے کفن تے بھی لکھیا جائے. مصائب اس تو اگے مینو نہیں یاد, قبر چما میں انہاں دی. انہاں فرمایا نہ جانے شام غریباں میں کیا ہوا, زینب کمر کے بل نہیں سوئی تمام عمر. جند ہاتھ سینے تے نہیں آیا انہوں سمجھ نہیں آئی گل. جل گیا تطہیر کا کعبہ, جل گئی علم والے دی سجدہ گاہ. پیر سجاد شاہ جی اج ماما بہنا دیا مرشدادیاں نوں نال لے کے گلیاں بازاراں چ قوم اس وجہ تو پیروندی ہے جیڑا خیمہ نہ جانے شام غریباں میں کیا ہوا, زینب کمر کے بل نہیں سوئی تمام عمر. جیڑا خیمہ سخی عباس درود پڑھ کے نسب کیتا, وہ خیمہ مسلمانہ نماز پڑھ کے ساڑے. بی بی آدھے نماز تلوار دے میں پارا دے ہوں ہے علی دی دھی توں تے پارا. فرمایا ماں انہاں بچیاں اتنی دیر تک چپ نہیں کرنی جدو تک انہاں دے کن تے عباس دی آواز نہیں. ترٹی ہوئی تلوار یا سڑی چوب, 18 بھراواں دی بہن دا پارا شروع. پارا دتا نہ لیا بی بی علی امیر المومنین دی دھی 18 بھراواں دی بہن پارا دتا ہے نا. اے جملہ ذرا غور نال سننا جی. پیر اقبال شاہ جی تہاڈی دعا نال میں انج پڑھدا رہنا,
अली दे पुत्रां पारा दिता अली दियां धीआं ना सुतियां जदों अली दी धी पारा दिता अली दे सारे पुत्र दरिया दी मण दे सम गए उस वेले बीबी आदी है अब्बास कली रह गईयां सदके 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 ਪਾਰਾ ਦਿੰਦਿਆਂ ਦਿੰਦਿਆਂ ਵੀਰ ਦੀ ਲਾਸ਼ ਮੇਰੀ ਸੈਣ ਆਏ ਪੱਥਰਾਂ ਤੇ ਤੀਰਾਂ ਦੇ ਢੇਰ ਦੇ ਨਾਲ ਮੇਰੀ ਆਲੀਆ ਬੈਠ ਗਏ ਏਡੇ ਵੱਡੇ ਮਜਮੇ ਵਿੱਚੋਂ ਇੱਕ ਬੰਦਾ ਮੇਰਾ ਲਫ਼ਜ਼ ਨਾਲ ਲੈ ਜਾ ਮੇਰਾ ਦੀ ਜੁੱਤੀ ਨੂੰ ਸਲੀਮ ਪੱਥਰਾਂ ਤੇ ਤੀਰਾਂ ਦੇ ਢੇਰ ਦੇ ਨਾਲ ਮੇਰੀ ਆਲੀਆ ਬੈਠ ਗਏ ਭਾਵੇਂ ਲਾਸ਼ ਟੁਕੜਿਆਂ ਵਿੱਚ ਹਾਈ ਬਹਿਣ ਦੇ ਇਤਰਾਮ ਦੀ ਵਜ੍ਹਾ ਤੋਂ ਹੁਸੈਨ ਪੱਥਰਾਂ ਦੇ ਹੇਠ ਕੰਬਦਾ ਰਿਹਾ ਕਿਆ ਬਾਤ ਹੈ ਬਹਿਣ ਦੇ ਇਤਰਾਮ ਦੀ ਵਜ੍ਹਾ ਤੋਂ ਬੀਬੀ ਆਦਨ ਵੀਰ ਲੁੱਟੀ ਗਈਆਂ ਜਿੰਨਾ ਝੋਲੀਆਂ ਚ ਪੁੱਤਰ ਨਹੀਂ ਮੰਗ ਲਵੇ ਭਰਾ ਦੀ ਲਾਸ਼ ਤੇ ਬਹਿ ਕੇ ਸ਼ਾਮੇ ਗਰੀਬਾਂ ਅਲੀ ਦੀ ਧੀ ਭਰਾ ਦੇ ਨਾਲ ਗੱਲ ਕੀਤੀ ਹੈ ਬੀਬੀ ਆਦੀ ਹੈ ਵੀਰ ਵੇ ਕਿਆ ਬਾਤ ਹੈ ਕਿਆ ਬਾਤ ਹੈ ਸ਼ਾਲਾ ਪੁੱਤਰਾਂ ਦੀ ਜ਼ਿੰਦਗੀ ਹੋਈ ਫਾਤੇ ਸ਼ਾਮ ਕਿਸੇ ਦਾ ਮੌਤਾ ਨਹੀਂ ਨੌਕਰਾਂ ਬਾਬਾ ਹੱਥ ਨਾ ਜੋੜੋ ਨਾ ਮੈਂ ਸਦਕੇ ਜਾਵਾਂ ਅਜੇ ਗੱਲ ਪੂਰੀ ਨਹੀਂ ਹੋਈ ਅੱਧੇ ਮਜਮੇ ਮਾਤਮ ਕੀਤਾ ਹੈ ਅੱਧੇ ਹਾਇ ਕੀਤੀ ਹੈ ਮੇਰੇ ਸਰਦਾਰ ਦਿਓ ਇਜਾਜ਼ਤ ਮੈਂ ਗੱਲ ਮੁਕੰਮਲ ਕਰਾਂ 18 ਭਰਾਵਾਂ ਦੀ ਭੈਣ ਪਿਆ ਦੀ ਹੈ ਵੀਰ ਵੇ ਵੇ ਮੈਂ ਅੱਜ ਦੀ ਮਹਿਮਾਨ ਕਿਉਂ ਤੁਰ ਜਾਣਾ ਮੈਂ ਸ਼ਾਮ ਵੀਰ ਵੇ ਵੇ ਮੈਂ ਅੱਜ ਦੀ ਮਹਿਮਾਨ ਆਖਰੀ ਵੈਣ ਭੈਣ ਆਖਿਆ ਵੇ ਵੀਰ ਮੈਂ ਅੱਜ ਦੀ ਰਾਤ ਦੀ ਮਹਿਮਾਨ ਬਿਸਮਿਲ੍ਲਾ ਵੀਰ ਵੇ ਮੈਂ ਅੱਜ ਦੀ ਮਹਿਮਾਨ ਤੁਰ ਜਾਣਾ ਮੈਂ ਸ਼ਾਮ ਵੀਰ ਵੇ ਮੈਂ ਅੱਜ ਦੀ ਮਹਿਮਾਨ ਬੀਬੀ ਆਦਨ ਅਕਬਰ ਦਾ ਬਾਬਾ ਇਹਨਾਂ ਟਿੱਬਿਆਂ ਚ ਮੇਰੀ ਛੇਕੜੀ ਰਾਤ ਕੋਈ ਸ਼ਾਮ ਸੁਣੀਂਦੀ ਏ ਜਿਹਦੇ ਬਦਮਾਸ਼ ਲੋ ਕੋਈ ਨਹੀਂ ਅਕਬਰ ਦਾ ਬਾਬਾ ਭੈਣ ਦਾ ਆਖਰੀ ਸਲਾਮ ਵੀ ਨੌ ਜਗ੍ਹਾ ਤੋਂ ਲਾਸ਼ ਕਰਵਟ ਬਦਲੀਏ ਹਰ ਟੁਕੜੇ ਚ ਆਵਾਜ਼ ਆਈਏ ਸਿਰ ਤੇ ਕੁਰਾਨ ਚ ਆ ਕੇ ਖੜੀ ਰਹੀਏ ਜ਼ਰਬਾਂ ਗਿਣਦੀ ਰਹੀਏ ਭੈਣ ਅੱਲਾ ਦੇ ਨਾਂ ਦੇ ਡਸਾ ਤੇਰਵੀਂ ਜ਼ਰਬ ਤੋਂ ਬਾਅਦ ਕਿਵੇਂ ਗੁਜ਼ਰੀ ਆ ਇੰਜ ਫਿਰਾ ਦੀ ਲਾਸ਼ ਨੂੰ ਹਾਂ ਨਾਲਾ ਗਿਆ ਦੀ ਸੁਣ ਵੇ ਅਕਬਰ ਦਾ ਬਾਬਾ ਸਰ ਤੇਰਾ